ਸਸਿਕਲ ਦੋਸਤੋ ਸੇਂਟ ਸੋਲ ਦੇ ਟਾਈਮਸ ਤੋਂ ਮੈਂ ਹਾਂ ਕੋਮਲ ਤੇ ਅੱਜ ਫੇਰ ਲੈ ਕੇ ਹਾਂ ਜੀ ਤੁਹਾਡਾ ਆਪਣਾ ਪਿਆਰਾ ਪ੍ਰੋਗਰਾਮ ਵਿਰਾਸਤ। ਵਿਰਾਸਤ ਵਿੱਚ ਅਸੀਂ ਗੱਲਾਂ ਕਰਾਂਗੇ ਜੀ ਪੰਜਾਬ ਦੀਆਂ, ਪੰਜਾਬ ਦੇ ਉਹਨਾਂ ਪੁਰਾਣੇ ਕਲਚਰ ਦੀਆਂ। ਜੇ ਗੱਲ ਕਰੀਏ ਤੇ ਅਸੀਂ ਭਾਂਡਿਆਂ ਦੀਆਂ, ਪਹਿਲੇ ਅਸੀਂ ਕਿਹੜੇ ਭਾਂਡਿਆਂ 'ਚ ਖਾਂਦੇ ਸੀ? ਜਦੋਂ ਅਸੀਂ ਪਿੱਤਲ ਦੇ, ਤਾਂਬੇ ਦੇ, ਘੜੇ ਵਾਲੇ, ਮਿੱਟੀ ਦੇ ਭਾਂਡਿਆਂ ਵਿੱਚ ਕੁਝ ਖਾਂਦੇ ਸੀ ਤਾਂ ਹਮੇਸ਼ਾ ਤਰੋ ਤਾਜ਼ਾ ਤੰਦਰੁਸਤ ਰਹਿੰਦੇ ਸੀ। ਅੱਜ ਦੇ ਸਮੇਂ ਵਿੱਚ ਜਿਸ ਤਰ੍ਹਾਂ ਨਵੇਂ ਨਵੇਂ ਭਾਂਡੇ ਆ ਗਏ ਨੇ, ਉਸ ਤਰ੍ਹਾਂ ਲੋਕ ਬਿਮਾਰ ਵੀ ਜ਼ਿਆਦਾ ਹੋਣ ਲੱਗ ਗਏ ਨੇ। ਤੇ ਵਿਰਾਸਤ ਵਿੱਚ ਕਰਾਂਗੇ ਪੰਜਾਬ ਦੇ ਪੰਜਾਬੀ ਵਿਰਸੇ ਬਾਰੇ ਗੱਲਾਂ। ਤੇ ਅੱਜ ਲੈ ਕੇ ਹਾਂ ਜੀ ਚੁੱਲਾ ਚੌਂਕਾ, ਆਓ ਫਿਰ ਦਿਖਾਉਂਦੇ ਹਾਂ। ਗੱਲ ਕਰੀਏ ਬਰਤਨ ਦੀ ਤੇ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਇਹਨਾਂ ਉਹ ਭਾਂਡਿਆਂ ਦੀਆਂ ਤਸਵੀਰਾਂ ਜਿਨ੍ਹਾਂ ਦੇ ਨਾਲ ਅਸੀਂ ਖਾਂਦੇ ਸੀ, ਖੁਸ਼ ਰਹਿੰਦੇ ਸੀ, ਪੂਰਾ ਪਰਿਵਾਰ ਸਾਂਝਾ ਹੁੰਦਾ ਸੀ। ਘੜਾ, ਕਾੜਨੀ, ਚਿਮਟਾ, ਚਾਟੇ, ਛੱਜ ਛਾਨਣੀ, ਗੜਵੀ, ਡੋਲੂ, ਤੂਤ ਦੇ ਖੁੰਡੇ, ਮਿੱਟੀ ਦੇ ਕੰਡੇ, ਚੱਕਲੇ ਵਿਲਣੇ, ਮੰਜੇ ਕੋਲੂ, ਚੱਕੀ ਦੇ ਤੁੜ, ਸ਼ੱਕਰ ਤੇ ਗੁੜ, ਨਾਲ ਜਵਾਰ ਦੇ ਦਾਣੇ, ਪੰਜਾਬੀ ਵਿਰਸਾ, ਪੰਜਾਬੀ ਵਿਰਸਾ, ਲੈ ਲਓ ਜੀ ਪੰਜਾਬੀ ਵਿਰਸਾ। ਤੇ ਆਓ ਫਿਰ ਇਸ ਪੰਜਾਬੀ ਵਿਰਸੇ ਵੀ ਤੁਹਾਨੂੰ ਦਿਖਾ ਰਹੇ ਹਾਂ ਜੀ ਸਾਡੇ ਪੁਰਾਣੇ ਬਰਤਨ। ਸੋ ਦੋਸਤੋ, ਹਰ ਵਾਰ ਦੀ ਤਰ੍ਹਾਂ ਲੈ ਕੇ ਹਾਂ ਜੀ ਤੁਹਾਡਾ ਆਪਣਾ ਪ੍ਰੋਗਰਾਮ ਵਿਰਾਸਤ। ਇਸ ਦੇ ਵਿੱਚ ਅੱਜ ਗੱਲ ਕੀਤੀ ਹੈ ਜੀ ਪੁਰਾਤਨ ਭਾਂਡਿਆਂ ਦੀ, ਤੇ ਇਹ ਤੁਹਾਨੂੰ ਪ੍ਰੋਗਰਾਮ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ। ਬਣੇ ਰਹੋ ਸੇਂਟ ਸੋਲ ਦੇ ਟਾਈਮਸ ਦੇ ਵਿੱਚ। ਖਾਸ ਸਟੋਰੀ ਦੇਖਣ ਲਈ ਕੈਮਰਾਮੈਨ ਵਿਨੋਦ ਦੇ ਨਾਲ ਕੋਮਲ।